ਹੈਲੋ ਫਰੈਂਡਸ ਪੰਜਾਬ ਤੇ ਹਰਿਆਣਾ ਤਾਂ ਵੈਸੇ ਵੀ ਜੁੜੇ ਹੋਏ ਨੇ ਤੇ ਨਾਲੇ ਸਾਂਝੀ ਉਹਨਾਂ ਦੀ ਰਾਜਧਾਨੀ ਵੀ ਹੈ ਹੁਣ ਹਰਿਆਣਾ ਵੱਲ ਦੀ ਛੋਰੀ ਜੇ ਪੰਜਾਬ ਆ ਵੀ ਜਾਵੇ ਤਾਂ ਹੋਰ ਮਜ਼ਾ ਆ ਜਾਊ ਤੇ ਇਸੇ ਲਈ ਤੁਹਾਨੂੰ ਐਮੀ ਵੇਗ ਤੇ ਹਰਿਆਣਾ ਦੀ ਕੁੜੀ ਸੋਨਮ ਬਾਜਵਾ ਦੀ ਨਵੀਂ ਮਜ਼ੇਦਾਰ ਮੂਵੀ ਕੁੜੀ ਹਰਿਆਣੇ ਵੱਲ ਦੀ ਦੇ ਬਾਰੇ ਵਿੱਚ ਦੱਸਦਿਆਂ ਜਿਸ ਵਿੱਚ ਕੁਸ਼ਤੀ ਮੈਦਾਨ ਦੇ ਵਿੱਚ ਹੁੰਦਾ ਹੈ ਪਿਆਰ ਦਾ ਕੁਲਾਸਾ ਮੂਵੀ ਦੀ ਸਟੋਰੀ ਹੈ ਸ਼ਿਵਜੋਤ ਯਾਨੀ ਐਮੀ ਵੇਰਕ ਜਿਹੜਾ ਕਿ ਲਾਪਰਵਾਇ ਤੇ ਆਲਸੀ ਹੈ ਤੇ ਪਹਿਲਵਾਨਾਂ ਦੇ ਪਰਿਵਾਰ ਦਾ ਇੱਕੋ ਮੁੰਡਾ ਹੈ ਪਰ ਉਸ ਨੂੰ ਕੁਸ਼ਤੀ ਵਿੱਚ ਕੋਈ ਦਿਲਚਸਪੀ ਨਹੀਂ ਹੈ ਉਹ ਤਾਂ ਬਸ ਹਰ ਵੇਲੇ ਪਿਆਰ ਸਪਨੇ ਤੇ ਕਵਿਤਾ ਪੜਨਦਾ ਰਹਿੰਦਾ ਹੈ ਇੱਕ ਦਿਨ ਅਖਾੜੇ ਦੇ ਮਾਲਿਕ ਮਾਨ ਸਿੰਘ ਯਾਨੀ ਯਸ਼ਪਾਲ ਸ਼ਰਮਾ ਦੀ ਬੇਟੀ ਨੀਲਮ ਯਾਨੀ ਸੋਨਮ ਬਾਜਵਾ ਮਿਲਦੀ ਹੈ ਤੇ ਨੀਲਮ ਜਿਸ ਨੂੰ ਕੁਸ਼ਤੀ ਦਾ ਵੱਡਾ ਸ਼ੌਂਕ ਹੈ ਉਹ ਕੁਸ਼ਤੀ ਤੋਂ ਲੈ ਕੇ ਪੈਸ਼ਨੇਟ ਹੈ ਹੁਣ ਜੀ ਸ਼ਿਵਜੋਤ ਨੂੰ ਨੀਲਮ ਦੇ ਨਾਲੇ ਪਿਆਰ ਹੋ ਜਾਂਦਾ ਹੈ ਤਾਂ ਕੁਸ਼ਤੀ ਕੋਚ ਬਣ ਕੇ ਉਹ ਨੀਲਮ ਦੇ ਅਖਾੜੇ ਵਿੱਚ ਐਂਟਰੀ ਲੈ ਲੈਂਦਾ ਹੈ ਤਾਂ ਕਿ ਉਹ ਨੀਲਮ ਦੇ ਮਗਰਮਗਰ ਰਹਿ ਸਕੇ ਹੁਣ ਜੀ ਮਾਨ ਸਿੰਘ ਦਾ ਕੰਪੀਟੀਟਰ ਉਸ ਨੂੰ ਚੈਲੰਜ ਕਰਦਾ ਹੈ ਤੇ ਸ਼ਿਵਜੋਤ ਨੂੰ ਚੁਣੌਤੀ ਦਾ ਸਾਹਮਣਾ ਕਰਨਾ ਪੈਂਦਾ ਹੈ ਤੇ ਖੁਦ ਨੂੰ ਨੀਲਮ ਦੇ ਪਿਆਰ ਦੇ layak ਸਾਬਿਤ ਕਰਨ ਲਈ ਉਹ ਕੀ ਕੀ ਕਰਦਾ ਹੈ ਤੇ ਫਿਰ ਕੀ ਸ਼ਿਵਜੋਤ ਇਸ ਵਿੱਚ ਕਾਮਯਾਬ ਹੋ ਪਾਂਦਾ ਹੈ ਕੀ ਨੀਲਮ ਤੇ ਸ਼ਿਵਜੋਤ ਇੱਕ ਹੋ ਪਾਂਦੇ ਨੇ ਇਹ ਜਾਣ ਲਈ ਤੁਹਾਨੂੰ ਮੂਵੀ ਵੇਖਣੀ ਪਾਓ ਰਾਕੇਸ਼ ਧਵੰਦੀ ਲਿਖੀ ਤੇ ਡਾਇਰੈਕਟ ਕੀਤੀ ਇਸ ਮੂਵੀ ਵੱਲੋਂ ਤੁਹਾਨੂੰ ਦੋਨੋਂ ਸੰਸਕ੍ਰਿਤੀ ਯਾਨੀ ਪੰਜਾਬ ਤੇ ਹਰਿਆਣਾ ਦੋਆਂ ਦਾ ਮਜ਼ਾ ਹਿੱਕ ਨਾਲ ਵੇਖ ਨੂੰ ਮਿਲਦਾ ਹੈ राकेश ने दोआ राज्य आदि संस्कृति को बराबर मान ਦਿੱਤਾ ਤੇ ਨਾਲੇ ਕੁਸ਼ਤੀ ਜੀਆਂ ਖੇਡ ਜਿਸ ਵਿੱਚ ਹਰਿਆਣਾ ਤੇ ਪੰਜਾਬ ਦੋਆਂ ਦੇ ਖਿਡਾਰੀ ਆਪਣਾ ਆਪਣਾ ਦੁਨੀਆ ਵਿੱਚ ਲੋਹਾ ਮਨਵਾ ਚੁੱਕੇ ਨੇ ਉਸ ਖੇਡ ਨੂੰ ਵੀ ਚੰਗੇ ਢੰਗ ਨਾਲ ਵਿਖਾਇਆ ਹੈ ਤੇ ਡਾਇਲੌਗ ਤੇ ਪੰਚ ਲਾਈਨਾਂ ਵੀ ਬੜੀ ਚੰਗੀਆਂ ਨੇ ਅਨਸ਼ੂਲ ਚੋਬੇਦੀ सिनेमेटोग्राफी ਵੀ ਬਹੁਤ ਚੰਗੀ ਹੈ ਗੌਰਵ رائے ਦੀ ਐਡੀਟਿੰਗ ਵੀ ਚੰਗੀ ਹੈ ਮੂਵੀ ਵਿੱਚ ਮਿਊਜ਼ਿਕ ਕੀ ਚੰਗਾ ਹੈ ਇੱਕ ਹੈ ਇੱਕ ਹੈ ਤੇ जाटਣੀ Song ਇੱਕ ਚੰਗਾ ਡਾਂਸ ਨੰਬਰ ਬਣਦਾ ਹੈ ਹੁਣ ਗੱਲ ਕਰੀਏ ਕਲਾਕਾਰਾਂ ਦੀ ਤੇ ਸੋਨਮ ਬਜਵਾ ਇੱਕ ਵਾਰੀ ਫੇਰ ਤੁਹਾਨੂੰ ਆਪਣੀ ਐਕਟਿੰਗ ਆਪਣੇ ਹਾਵ ਭਾਵ ਤੇ ਆਪਣੀ ਲੈਂਗੁਏਜ ਤੋਂ ਇਮਪ੍ਰੈਸ ਕਰ ਦਿੰਦੀ ਨੇ ਉਹਨਾਂ ਨੇ ਇੰਨਾ ਵਧੀਆ ਕੰਮ ਕੀਤਾ ਹੈ ਤੇ ਉਹਨਾਂ ਨੇ ਇਹ ਵਿਖਾ ਦਿੱਤਾ ਹੈ ਕਿ ਉਹਨਾਂ ਨੂੰ ਦੇ ਅੰਦਰ ਦੇ ਕਲਾਕਾਰ ਨੂੰ ਤੁਸੀਂ ਜੋ ਵੀ ਰੋਲ ਦੋ ਉਹ ਉਸ ਨੂੰ ਪੂਰੀ ਇਮਾਨਦਾਰੀ ਦੇ ਨਾਲ ਪੇਸ਼ ਕਰ ਦੇਣਗੇ ਤੇ ਨਾਲੇ ਐਮੀ ਵੇਕ ਦੇ ਨਾਲ ਉਹਨਾਂ ਦੀ ਕੈਮਿਸਟਰੀ ਵੈਸੀ ਚੰਗੀ ਲੱਗਦੀ ਹੈ ਤੇ ਐਮੀ ਵੇਕ ਨੇ ਵੀ ਚੰਗਾ ਕੰਮ ਕੀਤਾ ਹੈ ਅਜੈ ਹੁੱਡਾ ਆਪਣੇ ਕੰਮ ਬਲੋ ਸੰਜੀ ਕੀ ਦੀ ਸੰਜੀਦਗੀ ਦਿਖਾਉਂਦੇ ਨੇ ਯੋਗਰਾ ਸਿੰਘ ਵੀ ਚੰਗੀ ਐਕਟਿੰਗ ਕਰ ਰਹੇ ਨੇ ਤੇਜਪਾਲ ਸ਼ਰਮਾ ਨੇ ਬਹੁਤ ਵਧੀਆ ਕੰਮ ਕੀਤਾ ਹੈ ਹਰਪ੍ਰੀਤ ਗਿੱਲ ਤੇ ਸੀਮਾ ਕੌਸ਼ਲ ਦੋਹਾਂ ਦਾ ਕੰਮ ਵੀ ਚੰਗਾ ਹੈ ਹਨੀ ਮੱਟੋ ਸ਼ਿਵ ਜੋਤ ਦੇ ਦੋਸਤਾ ਕੰਮ ਚੰਗੇ ਢੰਗ ਨਾਲ ਲਿਬਾਦੇ ਨੇ ਮੰਟੂ ਕਾਪਾ ਮਹਾਪੀਰ ਭੁੱਲਰ ਧੀਰ ਗਿਲ ਤੇ ਬਾਕੀ ਸਾਰੇ ਕਲਾਕਾਰਾਂ ਦਾ ਕੰਮ ਵਧੀਆ ਹੈ ਮੂਵੀ ਵਿੱਚ ਜੰਗ ਸਿੰਘ ala angle ਥੋੜਾ ਐਵੇਂ ਜਿਹਾ ਹੀ ਲੱਗਦਾ ਹੈ ਪਰ ਮੂਵੀ ਵਿੱਚ ਦੋਆਂ ਰਾਜਾਂ ਦੇ ਕਲਚਰ ਊਮਨ ਰਾਈਟਸ ਲੋ ਚੰਗਾ ਮੈਸੇਜ ਦੇ ਦਿੰਦੀ ਹੈ ਤੇ ਨਾਲੇ ਚੰਗੀ ਕੋਮੇਡੀ ਦਾ ਤੜਕਾ ਤਾਂ ਲੱਗ ਹੀ ਜਾਂਦਾ ਹੈ ਪਰ ਹਾਂ ਤੁਸੀਂ ਕਲਾਈਮੈਸ ਮਿਸ ਨਾ ਕਰਿਓ ਤੇ ਇੰਜੋਏ ਕਰੋ ਕੁੜੀ ਹਰਿਆਣੇ ਵਾਲਦੀ